ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਬਾਈ, ਅੱਜ ਲੱਗੇ ਹੋਏ ਅੱਜ ਸਵਾਰ ਅੱਜ ਧੁੱਪ ਚੜੀ ਸੀ, ਮੀਂਹ ਅੱਜ ਫੇਰ ਆ ਗਿਆ ਤਾਂ ਵਧੀਆ ਕਰੇ ਹੁਣ ਆਏ ਵਧੀਆ ਹੁਣ ਤਾਂ ਅੱਧਾ ਲੈਣੀ ਅੱਧੀ ਰਹਿ ਗਈ ਹੈਂ ਹੋਰ ਅੱਜ ਨਹੀਂ ਹੁੰਦੀ ਪਰ ਦਿਖਦੀ ਮੈਨੂੰ ਅੱਜ ਕਰਨੀ ਹੋਣੀ ਕੱਲ ਕਿੱਥੇ ਜਾਣਾ ਇੱਥੇ ਕਿਤੇ ਡਿਊਟੀ ਲੱਗੀ ਹੋਈ ਕੋਈ ਕੱਲ ਕਰ ਲੂੰਗੇ ਠੀਕ ਹੈ ਕੱਲ ਕਰ ਲਈ ਜਮੀ ਕਿੰਨੀ ਰਹਿ ਗਈ ਜਮੀ ਥੋੜੀ ਜਿਹੀ ਰਹਿ ਗਈ ਬਸ 8-7-5-6 ਦਿਨ ਦੀ ਰਹਿ ਗਈ ਬਸ ਉਹਦੇ ਬਾਅਦ ਵਾਹ ਕੇ ਗੰਨਾ ਠੀਕ ਹੈ ਇੱਕ ਪਰਚੀ ਹੋ ਜੂ ਤੇਰੀ ਗੰਨੇ ਦੀ ਹੋਰ ਵੱਧ ਹੋ ਜਾਣੀ ਵੱਧ ਹੈ ਉੱਧਰ ਆ ਗਏ ਬੰਦੇ ਵੱਢਣ ਕਿੱਥੇ ਆਏ ਚਾਚੇ ਹਾਂ ਕਹਿੰਦੇ ਆ ਘੱਟ ਆ ਕਸ਼ਮੀਰ ਦੀ ਮੌਕਾ ਬੰਦਾ ਆ ਗਿਆ ਉਹ ਮੈਨੂੰ 85 ਲੱਗਦਾ 85 ਨਹੀਂ ਹੈਗਾ ਉਹ 85 ਤੋਂ ਉੱਪਰੇ ਦਾ ਹਾਂ ਉਹਦਾ ਉਹੀ ਦੂਜਾ ਹੀ ਆ 92 ਕਿਆ ਕਹਿੰਦੇ ਉਹਨੂੰ 88 88 ਉਹ ਹੈਗਾ ਹਾਂ ਹੇਠਾਂ ਤਾਂ 88 ਹੋਇਆ ਵਾਹ ਵਾਹ 88 ਹੋਇਆ ਕਹਿੰਦਾ ਉਹਨੂੰ ਪੁੱਛ ਲਾ ਵੀ ਉਹਨੂੰ ਟਾਲ ਪਰ ਲੈ ਲੈਣਾ ਟਾਲੇ ਵਿਹਲਾ ਹੀ ਪਿਆ ਵਾਹੋ ਦਿੱਲੀ ਜਾਣਾ ਕੰਮ ਹੌਲੀ ਬਾਈ ਜੇ ਤਾਂ ਕੱਲ ਕਲਾਮ ਨੂੰ ਵੱਢ ਲਿਆ ਉਹਨੇ ਠੀਕ ਆ ਨਿਤਿਨ ਦੇ ਤਾਂ ਲੱਗੇਗੀ ਲੇਬਰ ਆਹੋ ਵਿੱਚ ਰਲਾ ਦੇਣ ਉਹ ਵੀ ਨਾ ਉਹ ਠੀਕ ਹੋਊਗਾ ਕਰਨਾ ਹੋਊਗਾ ਫਿਰ ਇਦਾਂ ਕਰ ਲਿਓ ਲੱਗ ਗਿਆ ਉਹਦਾ ਕਰਨ ਤਿੰਦੇ ਵਾਲੇ ਗੇੜ ਜਿਹਾ ਨਹੀਂ ਆਉਣਾ ਇੱਕ ਚ ਨਹੀਂ ਆਉਂਦਾ ਫਿਰ ਉਹ ਪਾ ਦੇਣਾ ਵਿੱਚ ਮੈਂ ਲੱਗੇ ਕਰਨ ਅੱਜ ਕਿਤੇ ਚ ਡੇਢ ਮਹੀਨਾ ਹੋ ਗਿਆ ਸਲਫ ਮਾਰੀ ਨੂੰ ਖਤਮ ਕਰ ਦੇਣਾ ਕਹਿੰਦੇ ਸਾਰੀ ਕੱਲ ਨੂੰ ਫੇਰ ਖਰਾਬ ਹੋਣੀ ਬਾਰਾਂ ਤੇਰਾਂ ਬੰਦੇ ਆ ਜਿਹੜਾ ਸਟਾਕ ਆ ਉਹ ਪੂਰਾ ਨੀ ਹੁੰਦਾ ਅਜੇ ਨਹੀਂ ਹੁੰਦਾ
ਉਹ ਥੋੜਾ ਮੌਸਮ ਖਰਾਬ ਕਰਦੇ 7 ਵਾਰੀ ਤਾਂ ਕਿਣੀਆਂ ਉਤਰੀਆਂ ਉਹ ਵੀ ਕਿਆ ਕਰਨਾ ਥੋੜੇ ਤਾਂ ਰੇਤਾ ਹੀ ਆ ਤਾਂ ਜੋ ਡਾਕਰ ਹੁੰਦੀ ਉਥੇ ਚੱਲਣਾ ਨਹੀਂ ਤਾਂ ਕੰਮ ਕਿੱਥੇ ਆ ਦੇਖ ਲੈ ਜੱਗੇ ਨੇ ਕਿਣਾ ਪਾਣੀ ਕਿਹੜਾ ਇੱਥੇ ਪੈਰ ਰੱਖੇ ਕਰਨਾ ਤਾਂ ਮੂੰਹ ਥਾਈ ਪਚਕਾਰੀ ਆ ਗਾਨੀ ਦੀ ਡਾਕਰ ਚ ਪਾਣੀ ਦੀ ਉਹ ਤਾਂ ਰੇਤਾ ਹੈ ਐਚ ਵੜਦਾ ਤੇ ਪੈਰ ਕੱਟਦੇ ਮੈਂ ਤੈਨੂੰ ਉਹੀ ਦੱਸਦਾ ਗਿਰ ਗਈ ਅੱਜ ਨਾ ਉਹ ਛੋਟੀ ਆ ਜ਼ਮੀਨ ਛੋਟੀ ਆ ਜਮਾ ਰੇਤਾ ਹੀ ਹੈ ਇਹਦੇ ਜਿਹੜੀ ਚਾਚ ਗਿਰ ਗਈ ਇਹ ਇਹਦੇ ਮੇਰੇ ਵਾਲਾ ਕੰਮ ਹੋਣਾ ਹੁਣ ਹੋ ਗਿਆ ਹੁਣ ਕਿਆ ਚਾਰ ਪੰਜ ਦਿਨ ਤਾਂ ਗਿਰੀ ਨੂੰ ਹੋ ਗਿਆ ਪੀਲੀ ਪੈ ਜਾਣੀ ਚਾਰ ਪੰਜ ਦਿਨ ਗਿਰੀ ਨੂੰ ਹੋ ਗਏ ਦੋ ਚਾਰ ਦਿਨ ਮੈਂ ਕੱਲ ਪਰਸੋਂ ਕਹਿੜੀ ਧੁੱਪ ਨਿਕਲਣੀ ਕੱਲ ਹੋਰ ਧੁੱਪੇ ਫਿਰ ਚੱਕਦੀ ਕੰਮ ਇਹਦਾ ਚੱਲ ਹੁਣ ਭਾਈ ਜਿਹੜਾ ਕਿਸਮਤ ਮੈਂ ਉਹੀ ਮਿਲਣਾ ਕੁਛ ਨੀ ਕਰ ਸਕਦਾ ਬੰਦਾ ਬਿਲਕੁਲ ਹੈ ਕਿ ਨਹੀਂ ਜਿੰਨੇ ਲਿਖੇ ਉਨੇ ਮਿਲਣੇ ਆ ਖਰਾਬ ਕਰੂਗੀ ਛੋਟੀਆਂ ਦਾ ਬਾਲਣ ਮੈਂ ਕੱਢਦੇ ਹੋਣਾ ਨਾਲ ਦਿਨ ਖਰਾਬ ਕਰਨਾ ਠੇਕੇਦਾਰ ਨੇ ਵਿਚ ਦੋ ਖੜੇ ਆ ਦੋ ਵੱਢਦੇ ਸੈਂਟਰ ਦੀ ਹੈ ਨਾ ਕਿਲੋ ਮਗਰ ਕਿਲੋ ਮਗਰ ਹਾਂਜੀ ਠੀਕ ਹੈ ਬਾਉਂਸ ਬੂੰਸ ਹੈਗਾ ਬਾਉਂਸ ਹੈਗਾ ਜੀ ਜਿਕੜਾ ਹੁਣ ਅਮੇਰਿਕਾ ਬਾਉਂਸ ਹੁੰਦੀ ਹੈ ਇਹ ਵੀ ਬਾਉਂਸ ਦਿੰਦੇ ਬਾਉਂਸ ਦਿੰਦੇ ਆ ਸਭ ਕੁਝ ਦਿੰਦਾ ਉਹੀ ਕੁਛ ਅਮੂਲ ਦੀ ਫੀਡ ਅਮੂਲ ਦਾ ਸਭ ਕੁਝ ਮਿਲਦਾ ਸਰਕਾਰੀ ਉਹ ਰੱਖ ਸਮਝ ਤੂੰ ਹੈ ਜੀ ਤੂੰ ਇਹ ਕਿਆ ਕਿਕਣਾ ਇਹ ਦਿੰਦੀ ਹੈ ਲੀਟਰ ਉੱਪਰ ਇਹ ਵੀ ਲੀਟਰ ਉੱਪਰ ਦਿੰਦੀ ਹੈ ਕਿਕਣਾ ਲੀਟਰ ਉੱਪਰ ਮਤਲਬ ਲੀਟਰ ਉੱਪਰ 1 ਰੁਪਿਆ ਆਏ ਦਿੰਦੀ ਉਹ ਆਏ ਹੁੰਦੀ ਆ ਜਿਕਣਾ ਕੋਈ ਫੈਂਟ ਰੱਖ ਲਾ ਬਈ ਉਹ ਅਮਰੀਕਾ ਦਾ ਰੇਟ ਵੀ 48 ਰੁਪਏ ਆ ਅੰਨੇ ਫੈਂਟ ਅੰਨੇ ਫੈਂਟ ਉੱਪਰ ਡਾਡਾ ਉਹੀ ਫੈਂਟ ਉੱਪਰ 50 ਰੁਪਏ ਹੋਊਗਾ ਅਮੁਲ ਤਾਂ ਪੁਰਾਣੀ ਆ ਕੰਪਨੀ ਤੂੰ ਤਾਂ ਅੰਕਲ ਦਾ ਹੀ ਪੁਰਾਣਾ ਫਿਰ ਲੈ ਨਾ ਅਮੁਲ ਤਾਂ ਬਹੁਤ ਪੁਰਾਣੀ ਆ ਅਮੁਲ ਤਾਂ ਬਹੁਤ ਪੁਰਾਣੀ ਕੰਪਨੀ ਆ ਆਪਣੇ ਪੰਜਾਬ ਮਾ ਨਹੀਂ ਹੈਗੀ ਬਹੁਤ ਪੁਰਾਣੀ ਕੰਪਨੀ ਆ ਫਿਰ ਸਾਨੂੰ ਜਿਕਣਾ 5-0 ਤੇ ਗੈਂ ਦੀ ਆ ਗਈ 5-5 ਆ ਗਈ ਗੈਂ ਦੀ 5-1 ਆ ਗਈ ਅਸੀਂ ਮਹਿਸਮਾ ਲਾਉਣਾ ਹੈ 5-0 ਤੇ ਬਾਅਦ 5-0 ਤੱਕ ਚੱਕਦੇ ਬਾਈ ਅਸੀਂ ਠੀਕ ਹੈ ਗੈਂ ਦਾ ਹਾਂ 39:30 ਤੱਕ ਠੀਕ ਉਹ ਤੇ ਬਾਅਦ ਜੇ ਗੈਂ ਦੀ 5-1 ਆ ਗਈ ਤੇ ਅਸੀਂ ਉਹ ਮਹਿਸਮਾ ਪਾਉਂਗੇ ਐ ਨਹੀਂ ਹੈਗਾ ਵੀ ਗੈਂ ਚ ਲਾਉਣਾ ਠੀਕ ਹੈ ਜਗਾਣਾ ਦੁੱਧ ਦਾ ਫੇਰ ਕਹਦਾ ਬਾਈ 4-5 37 ਰੁਪਏ ਕੁਛ ਪੈਸੇ ਤੱਕ ਮੁੱਕ ਜਾਂਦਾ ਕੰਮ ਹਾਂ ਨਾ ਠੀਕ ਹੈ ਲੱਗਿਆ ਦੁੱਧ ਸੁਣਾ ਹੁਣ
ਹਾਂ 10-12 ਮੈਂਬਰ ਹੋ ਗਏ ਤੇ ਠੀਕ ਹੈ ਵਧੀ ਜਾਣਾ ਭਾਈ ਰੇਡ ਨੂੰ ਜਾਣਾ ਯਾਰ ਅਗਲੇ ਨੇ ਹਾਂਜੀ ਜੇ ਕੋਈ ਵੀ ਆ ਮੈਂ ਘੱਟ ਨਹੀਂ ਥੋੜਾ ਜਾਣਾ ਮੈਂ ਰੇਡ ਨੂੰ ਜਾਣਾ ਰੇਡ ਨੂੰ ਖਰਚਾ ਪੂਰਾ ਹੁੰਦਾ ਬਾਈ ਡੰਗਰਾਂ ਦੇ ਖਰਚਾ ਪੂਰਾ ਹੁੰਦਾ 2 ਰੁਪਏ ਦਾ ਫਰਕ ਪੈ ਜਾਂਦਾ ਬਾਈ ਇੰਨਾ ਫਰਕ ਜੀ ਦਾ ਹੁਣ ਕੁਆਂਟਲ ਦੁੱਧ ਆਉਣਾ ਕਿੰਨਾ 200 ਦਾ ਫਰਕ ਪੈ ਗਿਆ ਯਾਰ ਹੁਣ ਜਿਹਨੂੰ ਮਰਜ਼ੀ 200 ਦਾ ਪੈ ਗਿਆ ਸਿੱਧਾ ਹੀ ਫੇਰ ਜਿਹਨੂੰ ਮਰਜ਼ੀ ਪੁੱਛ ਲਈ ਅਗਲਾ ਕਹਿੰਦਾ ਆਪਾਂ ਰਹਿਣ ਤੋਂ ਘਰ ਚੋਂ ਕੀ ਰੱਖਣਾ ਹਨਾ ਉਹ ਰੇਟ ਨਹੀਂ ਨਾ ਹੁਣ ਉਹਦਾ ਰੇਟ ਵਧੀ ਜਾਂਦਾ ਏ ਆਪਣਾ ਠੀਕ ਹੈ ਨਾ ਬਹੁਤ ਸਾਲਾ ਹੁਣ ਦੁੱਧ ਦਾ ਰੇਟ ਅੱਛਾ ਜਾ ਕੇ ਅੰਦਰ ਕੋਈ ਕਿੱਥੇ ਖੁੱਲੀਦਾ ਉਹ ਸਾਹਮਣੇ ਆ ਬਈ ਬੇਰਗਾ ਦੇ ਮੂਹਰੇ ਹੀ ਆ ਅੱਛਾ ਤਾਂ ਆਉਂਦੇ ਤੇਰੇ ਕੋਈ ਨਹੀਂ ਬਈ ਮਾਰਿਓ ਗੇੜਾ ਕਿੰਨੇ ਵਜੇ ਖੁੱਲਦਾ ਸ਼ਾਮ ਨੂੰ 5 ਵਜੇ ਬਾਈ ਮੈਂ ਦੇਖਿਆ ਨਹੀਂ ਸੁਣਿਆ ਦਰਦ ਮੁੱਲ ਦੀ ਖੋਲੀ ਦਾ ਅੱਜ ਦੇਖ ਕੇ ਆਉਂਦੇ ਕਿਆ ਇਕਵਿਪਮੈਂਟ ਤੇ ਕੰਪਿਊਟਰ ਵਾਲੇ ਕੰਮ ਹੋਣਾ ਸਾਰੇ ਕੁੜੇ ਨਹੀਂ ਕੰਪਿਊਟਰ ਵਾਲੇ ਨਹੀਂ ਹੈਗਾ ਜੀ ਹਾਂ ਦੂਜੀ ਤਰ੍ਹਾਂ ਦਾ ਹੋਊਗਾ ਜੀ ਰਜਿਸਟਰ ਸਿਸਟਮ ਉਹਦਾ ਫੈਨ ਦੂਜੀ ਤਰ੍ਹਾਂ ਹੈਗਾ ਨਾ 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 ਹੈ ਇਲੈਕਟ੍ਰੋਨਿਕ ਮਸ਼ੀਨ ਹੈ ਜੀ ਅੱਛਾ ਮਤਲਬ ਮੈਂਬਰ ਘੱਟ ਕਰਕੇ ਦੇ ਨਹੀਂ ਰਹੇ ਬਹੁਤ ਘੱਟ ਕਰਕੇ ਜਦ ਪ੍ਰੋਡਕਸ਼ਨ ਵੱਧ ਗਈ ਹੈ ਆਪਣੇ 8-10 ਕੁਆਂਟਲ ਦੁੱਧ ਜ਼ਿਆਦਾ ਹੋਣ ਲੱਗ ਗਿਆ ਫਿਰ ਸਮਾਂ ਦੇ ਬੀਐਮਸੀ ਦਊਗਾ ਜੀ ਹਾਂਜੀ ਠੀਕ ਹੈ ਹੈਗਾ ਇਹ ਤਾਂ ਹੁੰਦੀ ਏਦਾਂ ਸ਼ੁਰੂ ਚ ਤੱਕ ਨਹੀਂ ਕਰਦੇ ਉਹਦਾ ਹੀ ਹੋਣਾ ਸਾਰੇ ਡੇਰੀ ਇੱਦਾਂ ਹੀ ਹੈ ਪਹਿਲਾਂ ਅਸਾ ਵੀ ਉਹਦਾ ਡੈਡੀ ਪਾਉਂਦਾ ਪਾਉਂਦਾ ਏ 2-3 ਕਿਲੋ ਦੁੱਧ ਹੁੰਦਾ 5-4, 5-3 ਇੱਕ ਦਿਨ 6-0 ਗਾਂ ਦੀ ਫੇਰ ਪਤਾ ਨਹੀਂ ਕਿੰਨੇ ਰੁਪਏ ਲੱਗੇ 45-48 49 ਰੁਪਏ 6-0 ਦਾ ਹਾਂ ਗਾਂ ਦਾ ਗਾਂ ਦਾ ਦੁੱਧ ਫੇਰ ਦੇਖ ਲਓ ਚਲੋ ਠੀਕ ਹੈ ਫਾਇਦਾ ਹੋਣਾ ਚਾਹੀਦਾ ਭਾਈ ਅਗਲੇ ਬਾਕੀ ਇਹ ਫੀਡ ਫੂਡ ਵੀ ਮੰਗਾਉਂਗੇ ਤੁਸੀਂ ਆਪਣੀ ਉਰੇ ਫੀਡ ਹਾਂ ਕਿ ਹੋ ਗਿਆ ਸਕੋਪੀ ਨੀ ਮਿਲਦਾ ਕਿਆ ਕਰੇ ਬੰਦਾ ਰੇਟ ਦਿਖੂਗਾ ਬੰਦਾ ਤਾਂ ਕੰਮ ਕਰਦਾ ਬਿਮਾਰੀ ਮੁਰੇ ਦੀ ਮੁਰੇ ਦੀ ਬਿਮਾਰ ਚੰਗੀ ਆ ਮੁੱਲ ਕਹੀ ਜਗ੍ਹਾ ਬੈਠੇ ਆ ਉਹ ਏਦਾਂ ਸਿਸਟਮ ਆ ਜੀ
ਠੀਕ ਹੈ ਠੀਕ ਹੈ ਬਾਈ, ਚੱਲਣਾ ਚਾਹੀਦਾ ਕੰਮ, ਚਾਰ ਪੈਸੇ ਬਚਣ ਅਗਲੇ ਨੂੰ, ਠੀਕ ਹੈ ਹੈ ਕਿ ਨਹੀਂ? ਹੋਰ ਕਿਆ ਭਾਈ, ਮਿਹਨਤ ਬਹੁਤ ਆ ਬਾਈ, ਹੋਰ ਕਿਆ, ਡੰਗਰਾਂ 'ਚ ਸਾਰਾ ਦਿਨ ਬੰਦੇ ਨੂੰ ਕਰਨ ਨੂੰ ਮਿਲੇ, ਬੰਦੇ ਦਾ ਅਭਿਮਾਨ ਟੁੱਟ ਜਾਂਦਾ ਯਾਰ, ਨਾਲੇ ਪਿੰਡਾਂ 'ਚ ਤਾਂ ਬੰਦਾ ਹਿਊ ਡੰਗਰਾਂ ਦੇ ਸਿਰ ਪਰ ਹੈ, ਬਹੁਤਾ ਜ਼ਿਆਦਾ ਡੰਗਰਾਂ ਦੇ ਸਿਰ ਪਰ ਹੈ ਯਾਰ, ਜੇ ਹੁਣ ਮੰਨ ਲੈ ਦਾ ਖਰਚਾ ਪਾਈ, ਹੋਰ ਇਹ ਚਲਾਈ ਜਾਂਦੇ ਮਾੜਾ ਮੋਟਾ ਡੰਗਰ ਵੇਚੇ, ਜੇ ਜ਼ਿਆਦਾ ਨਹੀਂ ਸਰ 2-4 ਕਿਲੋ ਪੈਂਦਾ, ਬਾਕੀ ਤਾਂ ਚੱਲਦਾ ਕੰਮ ਆਪਣਾ ਘਰ ਦਾ ਨਾਲ ਚੱਲਦਾ ਹੈ, ਚੇ ਡੰਗਰ ਵੇਚ ਕੇ ਵੀ ਨਹੀਂ ਸਰਦਾ, ਉਹ ਵੇਚ ਕੇ ਤੇਰੇ ਕੋਲ ਦੀ ਘਰਦੀ ਹੋ ਜਾਣੀ, ਤੈਂ ਕਹਣਾ ਇਹ ਕਿੱਥੇ ਕਰੂੰਗਾ ਉਹ, ਐ ਨਹੀਂ ਵੇਚ ਕੇ ਸਰਦਾ ਡੰਗਰਾਂ, ਤੈਨੂੰ ਮੈਂ ਦੱਸਦਾ ਐ ਮੇਰੇ ਕੋਲ ਹੋਈ ਜਾਂਦੀ ਜੀ, ਕਾਹਦੇ ਨਹੀਂ ਸਰਦਾ, ਮੇਰਾ 2-2.5 ਕਿਲੋ ਦੁੱਧ ਪੈਂਦਾ ਤਾਂ ਮੇਰੇ ਕੋਲ, 2 ਡੰਗਰ ਐ, 2-3 ਕਿਲੋ ਘਰਾਂ ਲੱਗ ਲਈਦਾ ਤਾਂ, ਹੁਣ 5-6 ਦਿਨ ਜਿੱਦਣ ਦੀ ਆ ਲੇਬਰ ਲੱਗੀ ਵੀ 20 ਜਣੇ ਆਉਂਦੇ ਆ, ਘਰ ਤੇ ਚਾਹ ਤਾਂ ਬਣਦੀ ਹੈ, ਜੇ ਲੈਣ ਮੁੱਲ ਤਾਂ ਨਹੀਂ ਲੈਣ ਗਏ, ਉਹੀ ਤਾਂ ਗੱਲ ਆ ਫਿਰ, ਹੈ ਕਿ ਨਹੀਂ? ਜਿਹੜੀ 2-3 ਡੰਗਰ ਚਾਹੀਦੇ ਬੰਦੇ ਨੂੰ ਰੇਚ ਨੂੰ, ਬਿਲਕੁਲ ਘਰ ਦਾ ਕੰਮ ਤਾਂ ਚੱਲੂਗਾ, ਚਾਚੇ ਤਾਂ ਫੀਲੇ ਕਰਤਾ ਮੇਰੇ ਨਾਲ ਉਹ ਤੇਰੇ ਕਰ, ਮੈਂ ਕਿਹਾ ਮੇਰੇ ਕਹਿਣ ਦਾ ਮਤਲਬ ਆ ਹੁਣ ਡੰਗਰ ਵੇਚਦੇ ਆਪਾਂ ਨੇ, ਠੀਕ ਆ, ਵੇਚਦੇ ਉਹ ਯਾਰ, ਮੈਂ ਆਏ ਸੁਣ ਤਾਂ ਲੈ, ਵੇਚਦੇ ਹਾਂ, ਮੁੱਲ ਦੁੱਧ ਲੈਣ ਲੱਗ ਗਏ ਆਪਾਂ, ਠੀਕ ਆ, ਹੁਣ ਤੇਰੇ ਕੋਲ ਤੂੜੀ ਵੀ ਹੋ ਜਾਣੀ, ਹੁਣ ਆਗ ਵੀ ਹੋ ਜਾਣੇ, ਫਿਰ ਇਹ ਇਨਵੈਸਟ ਹੋਈ ਜਾਂਦਾ ਗਾਹਾਂ ਤੇ ਗਾਹਾਂ, ਫਿਰ ਆਗ ਪੱਤੀ ਆ ਆਪਣੇ ਘਰ ਦੀ ਹੁੰਦੀ ਹੈ ਜੀ, ਆ ਹੁਣ ਖੇਤੀ ਇਹੋ ਜਿਹੀ ਆ, ਖੇਤੀ 6 ਮਹੀਨੇ ਚ ਨੂੰ ਕਿੰਨੇ ਦਿਨ ਕੰਮ ਹੁੰਦਾ ਹੈ, ਮੈਂ ਉਹ ਗੱਲ ਨਹੀਂ ਕਹਿੰਦਾ, ਉਹ ਠੀਕ ਆ ਹੁੰਦਾ, ਮੈਂ ਐਂ ਕਹਿੰਦਾ ਵੀ ਹਰੇਕ ਬੰਦੇ ਨੂੰ 2-4 ਡੰਗਰ ਚਾਹੀਦੇ, ਘਰ ਦਾ ਕੰਮ ਚੱਲਦਾ ਰਹਿੰਦਾ, ਚਾਹ ਪਾਣੀ ਦਾ ਕੰਮ ਚੱਲ ਜਾਂਦਾ, ਚੱਲਦਾ ਮੈਂ ਵੀ ਉਹੀ ਆ ਤੈਨੂੰ, ਮੈਂ ਕਿਹਾ ਵਿੱਚ ਵੀ ਨਾ ਸਰਦਾ, ਉਹ ਵਿੱਚ ਵਿਹਲੇ ਹੋ ਗਏ, ਜਾ ਲਿਆ ਦਾਦਾ, ਉਹ ਜਮਾ ਹੀ ਵਿਹਲੇ ਹੋ ਗਏ, ਵਿੱਚ ਜਮਾ ਹੀ ਵਿਹਲੇ ਹੋ ਗਏ, ਵੇਚ ਕੇ ਲੈ ਲਿਆ ਲਿਆ, ਉਹ ਵੇਚ ਤਾਂ ਦਿੱਤੇ ਬਈ, ਖਰਚਾ ਇੰਨਾ ਹੈ, ਰੇਟ ਸਾਨੂੰ ਮਿਲਦਾ ਨੀ, ਜਿੰਨਾ ਕੁ ਬਣਦਾ ਆਪਣੀ ਫੀਡ ਫੂਡ ਖਾ ਜਾਂਦੀ ਆ, ਹੋਰ ਖਰਚੇ ਬਾਕੀ ਜਿਹੜੇ ਦੁੱਧ ਪੀਣੇ ਨੇ, ਪ੍ਰਾਪਤੀ ਸੁਣ ਲਾ ਇੱਧਰ, ਹੁਣ ਮੈਂ ਤੂੜੀ ਮੁੱਲ ਲੱਤੀ ਆ, ਸਾ ਦੁੱਧ ਵੀ ਮੁੱਲ ਲੈਣਾ, ਡੰਗਰ ਵੀ ਰੱਖੇ ਹੋਏ ਆ, ਗੱਡੀ ਐਵਰੇਜ ਹੈ ਜੀ, ਗੱਡੀ ਐਵਰੇਜ ਬਾਈ, ਦੇਤਾ ਕੰਮ ਉਹ ਨਹੀਂ, ਜਿਹਨੇ ਬੰਦੇ ਨੇ ਕੰਮ ਚਲਾਇਆ ਹੋਇਆ ਨਾ, ਜਿੱਕਣਾ ਹੁਣ ਯਾਰ 3 ਡੰਗਰ ਆ ਹੁਣ ਸੂਣੇ ਸਾਣੇ ਵਾਲੇ ਸਾਰੇ, ਆ ਜੀਤ ਨੇ ਤਾਂ ਹੁਣ ਦੁਬਾਰਾ ਡੰਗਰ ਰੱਖ ਲਏ ਸਾਰੇ, ਤੇ ਤਾਂ ਫਾਰਮ ਕਰ ਲਿਆ ਹੁਣ, ਕਿੰਨੀਆਂ ਗਾਇਆ ਹੀ, ਹੋਰ ਵਧਾਉਣਾ, ਹੋਰ ਬਹੁਤ ਠੀਕ ਹੈ, ਖੇਤ ਮਾ ਕਰਨਾ ਵਧਾ ਕੇ ਫਾਇਦਾ, ਠੀਕ ਹੈ ਵਧਾ ਲਾ, ਖੇਤ ਮਾ ਕਰਨਾ ਆਪਣਾ ਵੀ, ਦੁੱਧ ਤਗੜਾ ਹੋਵੇ ਚੰਗਾ, ਹਾਂ 2-2.5 ਕੁਇੰਟਲ ਤਾਂ ਚਾਹੀਦਾ, ਚਾਹੀਦਾ ਚਾਹੀਦਾ ਬਾਈ, ਐਂ ਤਾਂ ਇੱਧਰ ਦੁੱਧ ਦਾ ਕੰਮ ਕਰਦੇ ਭਾਈ, ਛੱਡਦੇ ਨਹੀਂ ਹੈਗੇ, ਦੁੱਧ ਦਾ ਕੰਮ ਛੱਡਦੇ ਨਹੀਂ, ਉਹ ਮਹਾਤਲ ਵਰਗੇ ਜਿਹੜਾ 2-4 ਵਾਲਾ ਹੈ, ਉਹ ਕਹਿੰਦਾ ਸਾਲਾ ਦੁਖੀ ਆ ਹੋ ਕੇ ਜਾਂ ਫੀਡ ਦੇ ਵੀ ਨਹੀਂ ਪੂਰੇ ਹੁੰਦੇ, ਕਹਿੰਦਾ ਮੁੱਲੇ ਲਾ ਲਓ ਜੀ, ਮੁੱਲ ਵੀ ਬਹੁਤ ਮਹਿੰਗਾ ਪੈਂਦਾ, ਸਹੀ ਗੱਲ ਹੈ, 2-4 ਡੰਗਰ ਚਾਹੀਦੇ ਹੀ ਆ, ਵੈਸੇ ਖਾਣੇ ਇੱਥੇ ਆ ਜਾਂਦੀ, ਹਾਂ ਮੁੱਲ ਦਾ ਪੀ ਨਹੀਂ ਆਉਣਾ ਆਪਾਂ, ਕਿੱਥੇ ਪੀ ਆਉਣਾ ਹੈ ਯਾਰ, ਘਰ ਦਾ ਦੁੱਧ ਘਰ ਦਾ ਹੀ ਹੈ, ਚੱਲ ਪੈਣਾ ਕੰਮ ਤੇਰਾ ਭਾਈ, ਹੌਲੀ ਹੌਲੀ ਚੱਲ ਹਲੇ ਨਵਾਂ ਕੰਮ ਹੈ, ਨਾ ਨਾ ਕੋਈ ਗੱਲ ਨਹੀਂ, ਜਾ ਆਪਣੇ ਵੇਰ ਕਾਤੀ ਯਾਰ, ਅੱਜ 2-4 ਰਾਮ ਹੁੰਦੇ ਤੁੱਧਰ, 4 ਹੁੰਦੇ ਸੀ, ਉਹ 4 ਲੈ ਚੱਕ ਕੇ ਲੈ ਜਾਂਦੇ ਤੇ, 4 ਖਾਲੀ ਦੇ ਜਾਂਦੇ, 4 ਦੇ ਜਾਂਦੇ, ਹੁਣ ਤਾਂ ਬਾਕਾ ਬਾਕਾ ਕੰਮ, 16-17 ਸਾਲ ਮੈਂ ਪਾਇਆ ਇੱਥੇ ਦੁੱਧ, ਵੇਰ ਕਾਤ ਜੱਦੀ ਲੱਗੀ ਹੈ, ਆਈ ਹੈ ਆਪਣੇ ਪਿੰਡ, ਹਾਂ ਇਹ ਤਾਂ ਕੋਈ ਕੰਮ ਆ ਯਾਰ, 0 ਉੱਪਰ ਤੇ ਚੱਲਦਾ, 0 ਉੱਪਰ ਤੇ ਚੱਲਦਾ ਹੁੰਦਾ ਜੀ, ਸਬਰ ਰੱਖੇ ਬੰਦਾ, ਸਬਰ ਰੱਖੇ ਚੱਲੀ ਜਾ, ਉਹ ਨਾ ਘਬਰਾਵੇ ਨਾ ਬੰਦਾ, ਅਸ ਕੋਈ ਚੱਕਰ ਨਹੀਂ ਹੈ, ਚੱਲ ਬਣਾ ਘਾਟੇ ਵਾਧੇ ਆਉਂਦੇ ਰਹਿੰਦੇ ਜੀ, ਮੈਂ ਠੀਕ ਹੈ, ਪਹਿਲਾਂ ਤਾਂ ਹੋਇਓ ਕਰਦਾ ਮਾੜਾ ਮੋਟਾ, ਕੱਚਾ ਪੱਕਾ ਬੰਦਾ ਪਰਖ ਹੋਏ ਕਰਦਾ, ਕਿ ਨਹੀਂ ਅੱਜ ਨਾ ਤਾਂ ਠੀਕ ਹੈ, ਫਿਰ ਚੱਲੀ ਜਾਂਦਾ ਆਪਣਾ, ਵਧੀਆ ਵਧੀਆ, ਬੰਦਾ ਹਿੰਮਤ ਹੀ ਹੋਵੇ ਕਰਨਾ, ਬਸ ਸਭ ਤੋਂ ਵੱਡੀ ਗੱਲ ਆ ਹੈ।